ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਲਿਸਟ ਜਾਰੀ ਕਰਦੇ ਹੋਏ 69 ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ 5 ਸੀਨੀਅਰ ਅਕਾਲੀ ਆਗੂਆਂ ਦਾ ਦਬਦਬਾ ਰਿਹਾ। ਵਿਧਾਨ ਸਭਾ ਹਲਕਾ ਬਟਾਲਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਗੱਠਜੋੜ ਨੇ ਲਖਬੀਰ ਸਿੰਘ ਲੋਧੀ ਨੰਗਲ ਨੂੰ ਅਕਾਲੀ ਦਲ ਦੇ ਚੋਣ ਚਿੰਨ੍ਹ ਉੱਤੇ ਟਿਕਟ ਵਜੋਂ ਨਵਾਜਿਆ ਹੈ। ਲੋਧੀ ਨੰਗਲ ਨੂੰ ਟਿਕਟ ਮਿਲਦੇ ਹੀ ਉਸਦੇ ਸਮਰਥਕਾਂ ਨੇ ਢੋਲ ਦੀ ਥਾਪ ਤੇ ਜੰਮ ਕੇ ਭੰਗੜਾ ਪਾਇਆ ਤੇ ਆਤਿਸ਼ਬਾਜ਼ੀ ਕੀਤੀ ਤੇ ਲੱਡੂ ਵੰਡੇ ਅਤੇ ਸਾਰਿਆਂ ਨੇ ਲੋਧੀ ਨੰਗਲ ਦਾ ਮੂੰਹ ਮਿੱਠਾ ਕਰਵਾ ਕੇ ਪੂਰੇ ਜੋਸ਼ ਵੱਲੋਂ ਸਵਾਗਤ ਕੀਤਾ। ਸਾਡੇ ਮਾਨਯੋਗ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਦਾਸ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਮੈਨੂੰ ਦੂਸਰੀ ਵਾਰ ਬਟਾਲੇ ਦੇ ਵਿੱਚ ਫਿਰ ਟਿਕਟ ਦੇ ਕੇ ਨਵਾਜਿਆ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਦਿਲੀ ਤੌਰ 'ਤੇ ਬਹੁਤ ਧੰਨਵਾਦ ਕਰਦਾ, ਮਾਨਯੋਗ ਮੁੱਖ ਮੰਤਰੀ ਸਾਹਿਬ ਦਾ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ, ਜਿਨ੍ਹਾਂ ਨੇ ਦਾਸ 'ਤੇ ਵਿਸ਼ਵਾਸ ਪ੍ਰਗਟ ਕੀਤਾ ਔਰ ਨਾਲ ਯਕੀਨ ਦਿਵਾਉਣਾ ਕਿ ਵਿਸ਼ਵਾਸ ਜਿਹੜਾ ਆ ਵੱਧਦਾ ਜਾਊਗਾ, ਘਟੂਗਾ ਨਹੀਂ। ਔਰ ਮੈਂ ਸਾਰਿਆਂ ਨੂੰ ਨਾਲ ਲੈ ਕੇ ਕਿਸੇ ਵੀ ਵਿਅਕਤੀ ਦੇ ਮਨ ਵਿੱਚ ਕੋਈ ਵੀ ਗਿਲਾ ਸ਼ਿਕਵਾ ਹੋਵੇਗਾ ਉਹ ਵੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਦੁਬਾਰਾ ਪੰਜਾਬ ਦੇ ਵਿੱਚ ਫਿਰ ਸਾਡੀ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੀ ਸਰਕਾਰ ਆਵੇ, ਜਿਹਦੇ ਨਾਲ ਅਸੀਂ ਰਹਿੰਦੇ ਖੁੰਦੇ ਜੋ ਕੰਮ ਨੇ ਉਹਨਾਂ ਨੂੰ ਮੁਕੰਮਲ ਕਰ ਸਕੀਏ। ਅਤੇ ਦੂਜੇ ਪਾਸੇ ਫਰੀਦਕੋਟ ਤੋਂ ਨੌਜਵਾਨ ਆਗੂ SOI ਦੇ ਪੰਜਾਬ ਕੋਆਰਡੀਨੇਟਰ ਯੂਥ ਵਿਕਾਸ ਬੋਰਡ ਪੰਜਾਬ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਨਾ ਨੂੰ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਟਿਕਟ ਵੱਲੋਂ ਨਵਾਜਿਆ ਗਿਆ। ਅੱਜ ਜਿਉਂ ਹੀ ਸਰਦਾਰ ਰੋਮਾਨਾ ਚੰਡੀਗੜ੍ਹ ਤੋਂ ਫਰੀਦਕੋਟ ਪਹੁੰਚੇ ਤਾਂ ਉਹਨਾਂ ਦੇ ਸਵਾਗਤ ਲਈ ਲੋਕਾਂ ਦਾ ਤਾਂਤਾ ਲੱਗਾ ਹੋਇਆ ਸੀ। ਉਹਨਾਂ ਨੇ ਸਰਦਾਰ ਰੋਮਾਨਾ ਨੂੰ ਵਧਾਈ ਦਿੰਦੇ ਹੋਏ ਅਕਾਲੀ ਦਲ ਦੇ ਹੱਕ ਵਿੱਚ ਰੱਜ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਰਦਾਰ ਰੋਮਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਲੋਕਾਂ ਤੋਂ ਮਿਲ ਰਹੇ ਪਿਆਰ ਨੂੰ ਦੇਖ ਕੇ ਇੱਕਦਮ ਭਾਵੁਕ ਹੋ ਗਏ। ਉਹਨਾਂ ਦੇ ਗਲੇ ਅਤੇ ਅੱਖਾਂ ਵਿੱਚ ਭਰੇ ਅੱਥਰੂਆਂ ਨੇ 2 ਮਿੰਟ ਨਾ ਬੋਲਣ ਲਈ ਮਜਬੂਰ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਮੈਂ ਫਰੀਦਕੋਟ ਤੋਂ ਚੋਣ ਲੜ ਸਕਾਂ। ਪਹਿਲਾਂ ਤਾਂ ਜਿਹੜਾ ਬਾਦਲ ਸਾਹਿਬ ਨੇ ਐਡਾ ਮਾਣ ਦਿੱਤਾ, ਉਸ ਤੋਂ ਬਾਅਦ ਇੱਥੇ ਅੱਜ ਪਹੁੰਚਣ 'ਤੇ ਜਿਸ ਤਰ੍ਹਾਂ ਦਾ ਪਿਆਰ ਉਤਸ਼ਾਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨਾਂ 'ਚ ਅਤੇ ਮੈਨੂੰ ਇੱਥੋਂ ਦੇ ਲੋਕਲ ਸਾਡੇ ਫਰੀਦਕੋਟ ਦੇ ਰਹਿਣ ਵਾਲੇ ਸੱਜਣਾਂ 'ਚ ਮਿਲ ਰਿਹਾ, ਮੈਂ ਬੜਾ ਸਨਮਾਨਿਤ ਮਹਿਸੂਸ ਕਰ ਰਿਹਾ। ਅੱਜ ਸਭ ਤੋਂ ਪਹਿਲਾਂ ਗੁਰੂ ਦਾ ਆਸ਼ੀਰਵਾਦ ਲੈ ਕੇ ਸਾਰੇ ਸੱਜਣਾਂ ਨਾਲ ਬਹਿ ਕੇ ਅਗਲੀ ਰਣਨੀਤੀ ਤਿਆਰ ਕਰਾਂਗੇ ਕਿ ਇਹਨੂੰ ਕਿਵੇਂ ਸੁਚੱਜੇ ਢੰਗ ਨਾਲ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਾਡੀ ਲੋਕਲ ਲੀਡਰਸ਼ਿਪ ਹੈ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਰਹਿਨਮਾਈ ਹੇਠ ਕਿਵੇਂ ਇਹ ਜਿਹੜੀ ਪਾਰਟੀ ਦੀ ਲੜਾਈ ਹੈ ਬਿਹਤਰ ਢੰਗ ਨਾਲ ਲੜੀ ਜਾ ਸਕਦੀ। ਫਰੀਦਕੋਟ ਤੋਂ ਜਗਤਾਰ ਦੋਸਾਂਝ, ਬਟਾਲਾ ਤੋਂ ਰਿਸ਼ਪਾਲ ਸਿੰਘ, ਜੀਵੇ ਪੰਜਾਬ ਲਈ।